ਤੁਹਾਡੀ ਸਕਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ ਜਲੰਧਰ ਦੀਆਂ ਨੇ ਤੇ ਤਸਵੀਰਾਂ 'ਚ ਤੁਸੀਂ ਇੱਕ ਥਾਰ ਗੱਡੀ ਨੂੰ ਆਉਂਦੇ ਸਾਫ਼ ਦੇਖ ਸਕਦੇ ਹੋ। ਥਾਰ ਚਾਲਕ ਸਾਹਮਣੇ ਤੋਂ ਆ ਰਹੇ ਸਕੂਟੀ ਸਵਾਰ ਨੌਜਵਾਨ ਤੇ ਗੱਡੀ ਚੜਾ ਕੇ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਜਦ ਸਕੂਟੀ ਸਵਾਰ ਆਪਣੀ ਜਾਨ ਬਚਾ ਕੇ ਗੱਡੀ ਤੋਂ ਅੱਗੇ ਨਿਕਲ ਕੇ ਰੁਕਦਾ ਹੈ ਤਾਂ ਥਾਰ ਗੱਡੀ 'ਚੋਂ ਦੋ ਨੌਜਵਾਨ ਬਾਹਰ ਨਿਕਲਦੇ ਨੇ ਜਿਨ੍ਹਾਂ 'ਚੋਂ ਇੱਕ ਦੇ ਹੱਥ 'ਚ ਡਾਂਗ ਫੜੀ ਤੁਸੀਂ ਸਾਫ਼ ਦੇਖ ਸਕਦੇ ਹੋ। ਜੋ ਸਕੂਟੀ ਸਵਾਰ ਦੇ ਕੋਲ ਆਉਂਦੇ ਨੇ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਨੌਜਵਾਨ ਨੂੰ ਕੁੱਟਦਾ ਦੇਖ ਕੇ ਜਦੋਂ ਆਸ-ਪਾਸ ਰੋਡ ਤੋਂ ਲੰਘ ਰਹੇ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਹਮਲਾਵਰ ਨੌਜਵਾਨ ਨੂੰ ਉੱਥੇ ਛੱਡ ਕੇ ਫਰਾਰ ਹੋ ਜਾਂਦੇ ਨੇ। ਇੱਕ ਵਾਰ ਤੁਸੀਂ ਵੀ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਜਾਨਲੇਵਾ ਹਮਲੇ ਦੀ ਇਹ ਵੀਡੀਓ ਦੇਖੋ। ਹੁਣ ਦੇਖਣਾ ਇਹ ਹੋਵੇਗਾ ਕਿ ਸਥਾਨਕ ਪੁਲਿਸ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਿੰਨੀ ਛੇਤੀ ਹਮਲਾਵਰ ਨੌਜਵਾਨਾਂ ਨੂੰ ਲੱਭ ਕੇ ਗ੍ਰਿਫਤਾਰ ਕਰੇਗੀ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।